वालेकुम साहब, ये हाल है? ठीक हो जी? अल्लाह का शुक्र। जी ऑनर के वाले? जी जी। अच्छा, ये बच्चे नहीं मिल गया? हाँ जी, बच्चे ने मिल गया? बिल्लिया ने, बच्चे ने। अच्छा अच्छा अच्छा, हाँ जी। उस जुकाम लगा और इच्छा मारने पर मौसम जरा ठीक नहीं ना है। अच्छा अच्छा अच्छा, हाँ जी। वाह जी वाह, बिल्कुल छोटे छोटे हैं जी। हाँ जी, माशाल्लाह सोने लग रहे हैं। एक कोई हफ्ते देने हैं? एक हफ्ते देने? अच्छा, एक हफ्ते देने? हाँ। खराब नहीं हो गए? सर की मैं कर दे, ये डबल रोटी खराब हो गई अल्लाह ले। अच्छा अच्छा अच्छा, मैं कहूं ना मेरी चीज पई है खराब हो जाए। माशाल्लाह, बड़े क्यूट क्यूट ने यार। माशाल्लाह माशाल्लाह, वाह जी वाह। अच्छा जी, बड़े भी है बिल्ली अपने को? हां बड़े भी है। ये देखो बड़े हैं। अच्छा, बड़ी बिल्ली है? बड़े हैं ने। ये बच्चे ने? अच्छा, बच्चे ने। प्यास लग जांदी ना जानवर नु? बिल्ली? हाँ जी हाँ जी हाँ जी। अच्छा, बिल्ली? ए बिल्ली ये तो खरगोश तो नहीं है? जो बिल्ली कड़ी इन्होंने बिल्ला के ना? ए बिल्ला जो जरा सुता जे आराम नाल परेशानी जे बिल्ला परेशानी का बेचारा की करे जिम्मेदारी हो रहे थे वो तो गरीब रात ला के आया सुता है। हाँ, बिल्ली के जाग रही है। बच्चे ऐसे काम कुम करके आया ना? सारी गल जी पा जी, अब तो बगैर जिंदगी है ही नहीं ना। फिर दो दो बिल्लियां रखना आखिर काम में बच्चे रेट है बच्चे ने पहले दस जी। वाह नहीं वैसे जरा थकावट हो गई ना, थकावट हो गई ਜਾਨ ਜ਼ਿੰਮੇਵਾਰੀਆਂ ਨੇ ਬੜੀਆਂ ਨਾ ਤੇ ਲੁਮਾ ਦਾ ਕੰਮ ਨਹੀਂ ਹੈਗਾ। ਦੇਖੋ ਨਾ ਵਿਚਾਰਾ ਥੱਕਿਆ ਪਿਆ ਹੈ। ਆ ਓਏ ਹੋਏ ਜੀ, ਚਲੋ ਜੀ। ਉਹ ਭਾਜੀ ਬਿੱਲੀ ਲੈਣੀ ਬੱਚਿਆਂ ਲਈ ਨਾ? ਅੱਛਾ, ਹਾਂ ਜੀ ਹਾਂ ਜੀ। ਤੇ ਆ ਪਿੰਜਰੇ ਪੁੰਜਰੇ ਰੱਖੀਏਗਾ? ਇਹ ਬਿੱਲੀ ਐਸੇ ਜਦੋਂ ਪਿੰਜਰਾ ਲੈ ਕੇ ਜਾਣਾ ਜਾਂਦੇ ਨਾ ਕਿਸੇ ਨੇ, ਹਾਂ ਜੀ, ਤਨਾ ਪਿੰਜਰਾ ਵੀ ਲੈ ਜਾਂਦੇ ਨੇ ਪਰ ਜੇ ਤੇ ਆਣਾ ਜਾਣਾ ਬੇਟੇ ਦੇ ਵਿੱਚ ਵਿੱਚ ਇਹ ਤਾਂ ਪੈਸੇ ਲਾਦਾ ਹੈ। ਅੱਛਾ ਜੀ, ਪੈਸੇ ਲਾਦਾ ਹੋਣਾ? ਲਾਦਾ ਹਾਂ, ਲਾਦੀ ਗਾਣੇ ਲਾਦਾ ਹੀ ਹੋਣਾ। ਹਾਂ, ਟੋਕਰੀ ਟੋਕਰੀ ਤੇ ਬਣਿਆ ਤੇ ਟੋਕਰੀ ਲੈਣੀ ਜਾਂ ਬਿੱਲੀ ਲੈਣੀ? टूल तो बैठो। अच्छा, पिछे पे चलो बिल्ली। अच्छा, किस किस्म दी? ये पर्शियन है और केड़ी ताड़ कोई? पहले साडे कोल आया ना पर्शियन, जेड़ी हुंदी ना पर्शियन वो चाहिए। पर्सनल? पर्सनल नहीं। हां, वो पर्सनल मैटर हुंदा। अच्छा अच्छा अच्छा, पर्शियन बिल्ली। पर्शियन बिल्ली, तुसी मेरे ख्याल को 4 साल दुकान चला लो ताकि तन्नू पता लग जाए। मैं 5वें साल में आ जांगा है। नहीं नहीं, सौदा लैण पता है मैनू सारे, ऐसी गल कोई नहीं। अच्छा अच्छा, हर किस्म दी बिल्ली है साडे कोल। अच्छा जी, तुहानू किस किस्म दी चाहिए दी? बिल्ले नहीं रखे ना? देखो बिल्लियां 6 ने ते बिल्ले 2 ने। तो बिल्लियां 6 ने, बिल्ले 2? यार स्यापा ही है फिर। बखाओ को बिल्ली कोई अच्छी जी, कोई अच्छी जी मतलब कोई कढ़ाई कीती होवे है? नहीं, दोबारा तो गल दसनी पैंदी कौमे जो की हिसाब किताब की रेट की है बिल्ली दा?
ਇਹਦਾ ਜੀ ਆਪਣਾ 14,000 ਰੁਪਇਆ ਬਿੱਲੀ ਦਾ। ਹਾਂਜੀ ਗੋਡ ਹੋ ਗਿਆ ਇੱਕ ਵੱਡੀ ਬਿੱਲੀ ਜਿਹੜੀ ਜਿਹਨੂੰ ਕਹਿੰਦੇ ਉਹ ਵੱਡੀ ਜਿਹੜੀ ਉਹਦਾ 12,000 ਹੈ। ਅੱਛਾ 12,000 ਤੇ 14 ਕਿਦਾ ਹੈ 14 ਉਹਦਾ ਬੱਚਾ ਹੈ। ਅੱਛਾ ਇਹ ਬੱਚਾ ਹੈ ਬੱਚਾ ਬੱਚਾ ਤੇ ਬੱਚਾ ਮਹਿੰਗਾ ਹੈ ਨਾ ਬੱਚਾ ਮਹਿੰਗਾ ਹੁੰਦਾ ਜੀ ਉਹਨੂੰ ਸਿਖਾਣਾ ਪੈਂਦਾ ਬੱਚਾ ਕਿਸੇ ਦਾ ਵੀ ਹੋਵੇ ਮਹਿੰਗਾ ਹੀ ਹੈ ਤੇ ਹੈ ਹੈ ਕੀ ਬਾਤ ਮਾਂ ਬਾਪ ਲਈ ਬੱਚਾ ਮਹਿੰਗਾ ਹੀ ਹੁੰਦਾ ਬੇਸ਼ੱਕ ਤੇ ਸਾਡੇ ਲਈ ਤੇ ਨਾ ਮਹਿੰਗਾ ਕਰੋ ਤੁਸੀਂ ਤੇ ਮਾਂ ਬਾਪ ਲਈ ਮਹਿੰਗਾ ਨਹੀਂ ਨਹੀਂ ਤੇ ਤੁਸੀਂ ਵੀ ਤੇ ਮਾਂ ਬਾਪ ਹੀ ਹੋ ਕਿਸੇ ਦੇ ਕਿ ਨਹੀਂ ਹਾਂ ਇਹ ਤੇ ਹੈ ਇਹ ਤੇ ਹੈ ਤੇ ਹੈ ਨਾ। ਅੱਛਾ ਜੀ ਬਿੱਲੀ ਪਰਚੀ 12,000 ਦੀ ਤੇ ਬੱਚਾ ਜਿਹੜਾ 14,000 ਜੀ 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 ਤੇ ਉਹ ਕੀ ਇਹਦਾ ਹਿਸਾਬ ਹੁੰਦਾ ਕਿ ਕੋਰਟ ਦਾ ਕਹਿੰਦੇ ਨੇ ਡਬਲ ਕੋਰਟ ਤੇ ਆ ਡਬਲ ਕੋਰਟ ਹੈ ਟ੍ਰਿਪਲ ਕੋਰਟ ਹੈ ਟ੍ਰਿਪਲ ਕੋਰਟ ਹੈ ਹਾਂ ਜੀ ਜੀ ਉਹ ਟ੍ਰਿਪਲ ਕੋਰਟ ਪੀਸ ਸਾਨੂੰ ਚਾਹੀਦਾ ਸਾਡੇ ਕੋਲ। ਅੱਛਾ ਤੇ ਉਹ ਦੱਸ ਦਿਓ ਤੁਸੀਂ ਕਿ 12,000 ਰੁਪਏ ਦਾ ਉਹ ਨਹੀਂ ਜੀ ਉਹ 14,000 ਦਾ ਟ੍ਰਿਪਲ ਕੋਰਟ ਜੀ ਜੀ ਬੱਚਾ ਹਾਂਜੀ ਬੱਚਾ ਨਹੀਂ ਮੈਂ ਤੁਹਾਨੂੰ ਬਿੱਲੀ ਤਾਂ ਪੁੱਛ ਰਿਹਾ ਪਹਿਲਾਂ ਉਹ ਤੁਹਾਨੂੰ 12,000 ਰੁਪਏ ਤੇ ਕਹਿ ਦੇਗਾ। ਦੇਖੋ ਨਾ ਗੱਲ ਇਹ ਆ ਕਿ ਜਦੋਂ ਬਿੱਲੀ ਜੀ ਲੈ ਲਈ ਹਾਂਜੀ ਤੇ ਨਾਲ ਬੱਚੇ ਤੇ ਆਪ ਹੀ ਆ ਜਾਣਗੇ ਨਾ ਜੀ। ਨਹੀਂ ਆਪੇ ਕਿਵੇਂ ਆ ਜਾਣਗੇ ਜੀ ਬਿੱਲੀ ਕੋ ਮਕਣਾ ਤੇ ਇਸੇ ਨਹੀਂ ਉਹਨਾਂ ਦਾ ਪਿਆਰ ਨਹੀਂ ਆਪਸ ਚ ਬੱਚਿਆਂ ਦਾ ਭਾਈ ਜਾਨ ਪਿਆਰ ਤੇ ਕਿ ਲੈਦਾ ਗੱਲ ਏ ਇਹ ਸਾਡਾ ਕਾਰੋਬਾਰ ਵੀ ਏ। ਅੱਛਾ ਬੱਚੇ ਸੀ ਲੈਦਾ ਵੇਚਨੇ ਆ ਤੇ ਉਹ ਮਾਪੇ ਉਹਨਾਂ ਦਾ ਲੈਦਾ ਵੇਚੀਦਾ ਭਾਈ ਨੇ ਤੇ ਤੁਹਾਡੀ ਬਖਸ਼ਿਸ਼ ਬੜੀ ਮੁਸ਼ਕਲ ਹੋ ਜਾਏਗੀ ਮਾਂ ਕੋਲ ਬੱਚੇ ਤੁਸੀਂ ਜੁਦਾ ਕਰਦੇ ਹੋ ਇਹ ਤੇ ਬੜੀ ਮਾਰੀ ਗੱਲ ਏ ਭਾਈ ਜਾਨ ਕਾਦੇ ਜੁਦਾ ਕਾਰੋਬਾਰ ਹੈਗਾ ਨਾ ਹੈ ਬੱਚੇ ਤੇ ਵੇਚਨੇ ਨੇ ਲੈਦਾ ਮਾਪਿਓ ਤੋਂ ਲੈਦਾ ਕਰਕੇ ਵੇਚ ਦਿਓ। ਹਾਂਜੀ ਅਸਤਗਫਰ ਅੱਲਾ ਯਾਰ ਇਹ ਤਾਂ ਬੜਾ ਬੜਾ ਗੁਨਾਹਗਾਰ ਵਾਲਾ ਕੰਮ ਭਾਈ ਜਾਨ ਭਾਈ ਕਾਦਾ ਗੁਨਾਹਗਾਰ ਕਦੀ ਵੀ ਮਾਪਿਓ ਕੋਲ ਬੱਚੇ ਤੋਂ ਜੁਦਾ ਕਰਨੇ ਨਹੀਂ ਚਾਹੀਦੇ ਭਾਈ ਇਹ ਜਾਨਵਰ ਹੁੰਦੇ ਨੇ ਇਹਨਾਂ ਨੂੰ ਜੁਦਾ ਕਰਨਾ ਹੀ ਪੈਂਦਾ ਹੈ। ਅੱਛਾ ਹਾਂਜੀ ਇਹ ਦੇਣੇ ਪੈਂਦੇ ਨੇ ਅੱਗੇ ਓਏ ਹੋਏ ਜਿਹਨਾਂ ਕਿ ਜਾਨਵਰ ਪਰਾਇਆ ਤਨ ਹੁੰਦਾ। ਹਾਂਜੀ ਇਹੀ ਸਮਝ ਲਓ ਜੀ ਇਹੀ ਕਹਿ ਸਕਦੇ ਫਿਰ ਪਰਾਇਆ ਤਨ ਨਹੀਂ ਜਾਨਵਰ ਪਰਾਇਆ ਤਨ ਤੇ ਹੁਣ ਬਿੱਲੀ ਤੁਹਾਨੂੰ ਉਹ ਬੱਚਾ ਦਿਖਾਈਏ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਵੱਡੀ ਬਿੱਲੀ ਦਾ ਬੱਚੇ ਦੇ ਨਾਲ ਬੱਚੇ ਦੇਓਗੇ ਨਹੀਂ ਨਾਲ ਬੱਚੇ ਨਹੀਂ ਦਿੰਦੇ ਨਾਲ ਆ ਮੇਰਾ ਭਾਈ ਬੱਚੇ ਕਾ ਤੋਂ ਨਾਲ ਦੇ ਦਈਏ ਫਰੀ ਯਾਰ ਤੁਸੀਂ ਕਿਉਂ ਫੈਮਿਲੀ ਵੱਖਰੀ ਵੱਖਰੀ ਕਰਦੇ ਹੋ ਆਪਸ ਦੀ ਗੱਲ ਯਾਰ ਫੈਮਿਲੀ ਭਾਈ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਹੈਗੀ ਇਹ ਪੂਰੀ ਦੁਨੀਆ ਦੇ ਕਾਰੋਬਾਰ ਇਸ ਤਰ੍ਹਾਂ ਹੀ ਹੋ ਰਿਹਾ ਹੈ। ਅੱਛਾ ਹਾਂਜੀ ਬੱਚੇ ਪਿਓ ਲੈਣਾ ਵੇਚਣਾ ਹਾਂਜੀ ਤੇ ਬੱਚੇ ਲੈਣਾ ਵੇਚ ਬੱਚੇ ਲੈਣਾ ਵੇਚ ਓਏ ਹੋਏ ਬੜਾ ਜ਼ੁਲਮ ਯਾਰ ਇਹ ਤੇਰਾ ਚਲੋ ਬਾਹਰ ਲੋ ਤੁਸੀਂ ਆ ਜ਼ੁਲਮ ਕਿਹੜਾ ਭਾਈ ਅਸੀਂ ਕਰਨ ਦੇ ਅਸੀਂ ਕਿ ਬੱਚਿਆਂ ਨੂੰ ਕੋੜੇ ਮਾਰਨ ਦੇ ਆ ਯਾਰ। ਅੱਛਾ ਜੀ ਇਹ ਕੀ ਆਪਣਾ ਇਹਨਾਂ ਦੀ ਕੋਈ ਖੁਰਾਕ ਮਖਸੂਸ ਹੁੰਦੀ ਨਾ ਹਾਂਜੀ ਇਹ ਦੇਖੋ ਨਾ 1200 ਦਾ ਜੀ। ਅੱਛਾ ਜੀ ਤੇ ਉਹ ਪਰੇ ਮੇਰਾ ਦੇ ਨਾ ਵੀ ਜਿਹੜਾ ਨਾ ਘਰ ਰਹਿ ਗਈ ਤੇ ਤੁਸੀਂ ਵੀ ਕਿ ਘਰ ਹੀ ਰਹਿ ਲੈਣਾ ਸੀ ਅੱਜ ਇਹ 1100 ਦਾ ਸਰ। ਅੱਛਾ 1100 ਦਾ ਉਹ 850 ਦਾ ਜੀ ਉਹ ਜਿਹੜਾ ਸਾਹਮਣੇ ਪਿਆ ਜੀ ਹਾਂ 850 ਦਾ ਇਹ 1100 ਦਾ ਹਾਂਜੀ ਤੇ ਇਹ ਜਿਹੜਾ ਪਾਸ ਹੈਗਾ ਇਹ 1 ਕਿਲੋ ਵਾਲਾ ਹਾਂਜੀ। ਅੱਛਾ ਅੱਛਾ ਸਰ ਗੱਲ ਪਤਾ ਕਿ ਕਿੰਨੀ ਕਿ ਦੇਰ ਦੇ ਖਾ ਲੈਂਦੀ ਬਿੱਲੀ ਜੀ ਇੱਕ ਪੈਕਟ ਇਹ ਕੋਈ 15 ਦਿਨ ਲੱਗ ਜਾਂਦੇ ਨੇ ਇੱਕ ਪੈਕਟ ਬੜੀ ਮਿਹਨਤ ਕਰਦੀ ਪੈਕਟ ਖਾਣ ਲਈ ਹੋਏ ਹੋਏ ਸਰ ਲਾਲੇ ਦੇਖੋ ਨਾ ਆਮ ਬਿਸਕੁਟ ਤੇ ਖਾਂਦੀ ਹੈ ਨਹੀਂ ਹੈ। ਅੱਛਾ ਆਮ ਨਹੀਂ ਖਾਂਦੀ ਆਮ ਘਰਦੀ ਹੈ ਤੇ ਹੈ ਹੀ ਨਹੀਂ ਹੈ। ਅੱਛਾ ਇਹ ਖਾਸ ਬਿੱਲੀ ਹੈ ਕੋਈ ਖਾਸ ਹੈ ਹਾਂਜੀ ਖਾਨਦਾਨੀ ਹਾਂਜੀ ਹਾਂਜੀ ਸ਼ਾਹੀ ਖਾਨਦਾਨੀ ਹੈ ਬਿੱਲੀ ਇਹ ਦੇਖੋ ਮਕਸਦ ਨਹੀਂ ਕਿ ਉਹ ਉਹਨਾਂ ਦੀ ਖੁਰਾਕ ਹੈਗੀ ਲੈਦਾ ਹੈ ਖੁਰਾਕ ਲੈਦਾ ਹੈ ਰਹਿੰਦੀਆਂ ਵੀ ਲੈਦਾ ਇਹਨੇ ਕਿਤੇ ਜਾਂ ਘਰ 'ਚ ਹੀ ਲੈ ਲੈਂਦੀ ਹੈ ਉਹ ਘਰ ਵੀ ਲੈ ਲੈਂਦੀਆਂ ਨੇ ਪਿੰਜਰੇ 'ਚ ਰੱਖੀਆਂ ਨੇ ਤੁਸੀਂ ਇਹ ਦੱਸੋ ਕਿ ਕਿੰਨੀਆਂ ਚਾਹੀਦੀਆਂ ਜੇ ਉਹ ਬਿੱਲੀ ਚਾਰੀ ਤਾਂ ਥੋੜੀ ਵੱਡੇ ਸਾਈਜ਼ ਨਹੀਂ ਹੁੰਦੀ ਜਿਹੜੀ ਉਹ ਚਾਹੀਦੀ ਸਰ ਭਾਈ ਚਾਹੇ ਬੱਚੇ ਤੁਹਾਡੇ ਛੋਟੇ ਨੇ ਬਿੱਲੀ ਵੱਡੀ ਹੈ ਐਵੇਂ ਧਰੂ ਕੇ ਲੈ ਜਾਏਗੀ ਬੱਚੇ ਭਾਜੀ ਕੋਈ ਚੂਹੇ ਦੇ ਬੱਚੇ ਨੇ ਮਤਲਬ ਕਿ ਧਰੂ ਕੇ ਲੈ ਜਾਏਗੀ ਅੰਦਰ ਦੇਖੋ ਗੱਲ ਤੁਸੀਂ ਬੱਚਾ ਲੈ ਜਾਓ ਹੈ ਬੱਚਾ ਲੈ ਜਾਓ ਬਿੱਲੀ ਦਾ ਉਹ ਬੱਚਾ ਵੀ ਕਿਉਂ ਲੈ ਜਾਵਾਂ ਉਹ ਰਾਸਤਾ ਨਹੀਂ ਰੋਂਦਾ ਰਵੇ ਮਾਂ ਪਿਓ ਦੀ ਨਾਲੇ ਮੇਰੀ ਵੀ ਜਾਨ ਨੂੰ ਰੋਂਦਾ ਰਵੇ ਪੈਦਾ ਜਦ ਪੂਰੀ ਫੈਮਿਲੀ ਦੇ ਦੋ ਮੈਂ ਲੈ ਜਾਂਦਾ ਭਾਈ ਜਣਾ ਇੱਕ ਰੇਟ ਚ ਪੂਰੀ ਫੈਮਿਲੀ ਕਿਵੇਂ ਦੇ ਦਿਆ ਤੁਹਾਨੂੰ ਮੈਂ ਜਦ ਤੁਸੀਂ ਫੈਮਿਲੀ ਰੱਖੀ ਕਿਉਂ ਫਿਰ ਇੱਥੇ ਭਾਈ ਜੀ ਉਹ ਤਾਂ ਬੱਚੇ ਨੇ ਇੱਥੇ ਰੱਖਣੇ ਨੇ ਮੈਂ ਯਾਰ ਮੇਰੀ ਗੱਲ ਸੁਣੋ ਤੁਸੀਂ ਕਿਰਾਏ ਤੇ ਅਗਰ ਕਿਰਾਏ ਤੇ ਮੰਗਾ ਲੈਂਦੇ ਹੋ ਜੀ ਹਾਂਜੀ ਤੇ ਕਦੀ ਇੰਜ ਹੋਇਆ ਕਿ ਜੀ ਬੱਚੇ ਉੱਥੇ ਰਹਿ ਲੈਣ ਤਾਂ ਤੁਸੀਂ ਹੋਰ ਮੰਗਾ ਲੈ ਲੈਣਾ ਹੋਇਆ ਕਦੀ ਨਹੀਂ ਹੋਇਆ ਤਾਂ ਕਦੇ ਨਹੀਂ ਅਸਲਾ ਅੱਛਾ ਫਿਰ ਉਹਦੀ ਜਗ੍ਹਾ ਬਦਲਣੀ ਤਾਂ ਸਾਰੀ ਪੂਰੀ ਫੈਮਿਲੀ ਜਾਏਗੀ ਨਾ ਨਾਲ ਸਮਾਨ ਵੀ ਦਿਓ ਸਰ ਪਤਾ ਕਿ ਇਹਨਾਂ ਦਾ ਹੋਰ ਮਾਮਲਾ ਹੈ ਇਨਸਾਨਾਂ ਦਾ ਹੋਰ ਮਾਮਲਾ ਹੈ। ਅੱਛਾ ਜੀ ਹਾਂਜੀ ਚਲੋ 12,000 ਰੁਪਏ ਦੀ ਬਿੱਲੀ ਹੋ ਗਈ ਠੀਕ ਹੈ ਜੀ ਕੁਝ ਲੈਸ ਹੋ ਜਾਏਗੀ ਲੈਸ ਹੁਣ ਕੀ ਕਰ ਸਕਦੇ ਆ ਇਹਦੇ ਚ ਅਸੀਂ ਬਿੱਲੀ ਨਾਲ ਡਾਇਰੈਕਟ ਗੱਲ ਕਰ ਲਈਏ ਉਹ ਸ਼ਾਇਦ ਉਹ ਘਟਾ ਲੈ ਬਹੁਤ ਅੱਛੇ ਅਸੀਂ ਕਾਹਦੇ ਲਈ ਬੈਠੇ ਆ ਇੱਥੇ ਹਾਂ ਤੇ ਫੇਰ ਚਲੋ ਕੁਝ ਕਰ ਲਾਂਗੇ ਤੁਹਾਡੇ ਨਾਲ ਬਿੱਲੀ ਕੋਈ ਲੈਣੀ ਹੈ ਹੈ ਇੱਕੋ ਹੀ ਬਿੱਲੀ ਇੱਕੋ ਹੀ ਬਿੱਲੀ ਬਾਜੀ ਇੱਕੋ ਹੀ ਬੜੀ ਹੈ ਗੈਰਤ ਵਾਲੀ ਹੋਵੇ ਇੱਕੋ ਬੜੀ ਨਹੀਂ ਤੇ ਇੱਕ ਬਿੱਲੀ ਇਕੱਲੀ ਕੀ ਕਰੋਗੇ ਤੁਸੀਂ ਹੈ ਜੋੜਾ ਤਾਂ ਕਰੋ ਨਾ ਜੋੜਾ ਕਰੀਏ ਫਿਰ ਹਾਂ ਤੇ ਫਿਰ ਨਾਲ ਬੱਚੇ ਵੀ ਦੇ ਦਿਓ ਮੈਂ ਤੁਹਾਨੂੰ ਪਿੱਟਣ ਦੇਣੇ ਆ ਯਾ ਭਾਈ ਕਾ ਤੋਂ ਬੱਚੇ ਦੇ ਦਿਆ ਤੁਹਾਨੂੰ ਮੈਂ ਅੱਗੇ ਵੀ ਕਿਹਾ ਬੱਚੇ ਸੇ ਨਹੀਂ ਦੇ ਸਕਦੇ ਫਰੀ ਬੱਚੇ ਲੈਦਾ ਵਿਕਦੇ ਨੇ ਮਾਪੇ ਲੈਦਾ ਵਿਕਦਾ ਜੋੜੇ ਦੇ ਜਿਹਨਾਂ ਕੇ ਪੈਸੇ ਜ਼ਿਆਦਾ ਹੋਣਗੇ ਜੀ ਆ ਯਾਰ ਇਹ ਤਾਂ ਬੜੀ ਵਾਰੀ ਗੱਲ ਹੈ ਡਬਲ ਪੈਸੇ ਕਰ ਲਓ ਨਾ ਜੋੜੇ ਦੇ ਅੱਛਾ 12 ਦੇ 12 24000 ਰੁਪਏ ਜੀ ਆ ਜੀ ਆ ਬਿੱਲਾ ਔਰ ਬਿੱਲੀ ਹਾਂਜੀ 24000 ਹਾਂ ਨਰਮਾਦੀ ਨਰਮਾਦੀ ਹਾਂ ਬੜੀ ਗੱਲ ਹੈ ਤੇ ਨਾਲ ਸਮਾਨ ਸਮੂਨ ਵੀ ਇਹਨਾਂ ਦਾ ਕੋਈ ਹੈ ਕਿ ਇਕੱਲੇ ਦੋਵੇਂ ਜੀ ਨੇ ਸਮਾਨ
ਨਹੀਂ ਯਾਰ ਮੱਲਾ ਮਾਫ ਕਰ ਮੈਂ ਤੇ ਗੱਲ ਕੀਤੀ ਨਹੀਂ ਹੱਦ ਹੋ ਗਈ ਤੇ ਸਮਾਨ ਸਮੂਨ ਕੋਈ ਨਹੀਂ ਨਾਲ ਸਮਾਨ ਇਹਦਾ ਬਸ ਇਹੀ ਹੈ ਕੋਈ ਸਾਦਗੀ ਨਾਲ ਲੈ ਜੀਏ ਬਿੱਲੀ ਬਿਹਤਰ ਤੇ ਇਹੀ ਕਿ ਸਾਦਗੀ ਨਾਲ ਹੀ ਲੈ ਜਾਓ ਅੱਛਾ ਜੀ ਇਹੀ ਹੋ ਸਕਦਾ ਹੈ ਬੜੀ ਗੱਲ ਹੈ ਜੀ ਇਹਨੇ ਜੇ ਸੇ ਵੀ ਖੁਸ਼ ਹੋ ਜਾਗੇ ਤੁਸੀਂ ਹਾਂ ਸਾਦਗੀ ਨਾਲ ਹੀ ਬੰਦੇ ਜਿਹੜਾ ਕੰਮ ਸਾਦਗੀ ਨਾਲ ਹੀ ਬਿਹਤਰ ਉਹ ਹੀ ਅੱਛਾ ਹੁੰਦਾ ਜੀ ਆ ਵੇ ਬੜ ਚੜ ਕੇ ਤੇ ਕਰਦਾ ਚੜਾ ਲਣਾ ਤੇ ਨਹੀਂ ਨਹੀਂ ਉਹ ਬੁਰੀ ਗੱਲ ਨਹੀਂ ਬੁਰੀ ਗੱਲ ਹੁੰਦੀ ਹਾਂ ਬਾਅਦ ਚ ਲਾਂਦੇ ਫਿਰ ਉਹ ਲੈ ਉਹ ਮਗਾਉਂਗਾ ਬਿੱਲੀ ਭਲਾ ਮੈਂ ਦੇਖਿਆ ਭਲਾ ਅਮਜਦ ਮੇਰਾ ਪੁੱਤਰ ਬਿੱਲੀ ਅੰਦਰ ਹੀ ਲੈ ਆਇਆ ਲੈ ਆ ਯਾਰ ਲੈ ਲੈ ਮਾਸ਼ਾਅੱਲਾ ਬਿਸਮਿਲ੍ਲਾ ਆ ਜੀ ਅਮਜਦ ਸਾਹਿਬ ਕੀ ਹਾਲ ਹੈ ਮਾਸ਼ਾਅੱਲਾ ਜੀ ਠੀਕ ਹੋ ਵਾਹ ਜੀ ਵਾਹ ਲੋ ਜੀ ਦੇਖੋ ਜੀ ਕੈਸੇ ਜੀ ਕੀ ਬਾਤ ਹੈ ਯਾਰ ਵਾਹ ਤਾਂ ਲੱਗੇਗਾ ਸ਼ੇਰ ਹੈ ਹੈ ਤਾਂ ਲੱਗੇਗਾ ਸ਼ੇਰ ਹੈ ਸ਼ੇਰ ਹੈ ਹਾਂ ਜੀ ਇੱਥੇ ਬੂਟੇ ਬਾਟੇ ਵੀ ਲਾਓਗੇ ਜੰਗਲ ਚ ਖੁਸ਼ ਰਹਿੰਦਾ ਇੱਥੇ ਨਹੀਂ ਨਹੀਂ ਦੇਖੋ ਨਾ ਮਾਸ਼ਾਅੱਲਾ ਦੀ ਖੂਬਸੂਰਤੀ ਦੇਖੋ कस्टमर जिन्हें लैके जाना किस्मत देखो को लैके जा रहे मतलब अगले कार सुखी रवे बिल्ली तो हुंदा ना जी है जी बिल्ली अपने खुश रही खुश रही देखो जी अगले घर ने मैनेज करके चलना है बिल्ली पता हुंदा देखो जी खानदानी बिल्ली होगी ना अगला घर मैनेज जरूर करेगी वाह 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 तेरिया खैर ਉਸਨੂੰ ਪਿਆਰ ਨਾਲ ਸੀ ਕਹੀ ਤੇ ਇਹਨੂੰ ਆਪਣਾ ਕੈਟੋ 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 ਭਾਜੀ ਤੁਹਾਡੀ ਬਿੱਲੀ ਕੇ ਹੁਣ ਅਸੀਂ ਤਾਂ ਨਾ ਰੱਖਦੇ ਬੁਰੇ ਲੱਗਨੇ ਨਾ ਜੀ ਵੀ ਹੁਣ ਤੁਸੀਂ ਤੇ ਲੈ ਜਾਣੀ ਹੈ ਨਾ ਹੁਣ ਤੁਹਾਡੇ ਵਾਲੇ ਅੱਛਾ ਅੱਛਾ ਅਸੀਂ ਨਾਲ ਆਪੇ ਰੱਖ ਲਈਏ ਹਾਂ ਚਲੋ ਇਹ ਵੀ ਠੀਕ ਹੈ ਅੱਜ ਕਿਸੇ ਦੀ ਬਿੱਲੀ ਨੂੰ ਆਪਣੀ ਬਿੱਲੀ ਸਮਝੋਗੇ ਨਾ ਜੀ 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 ਤਾਂ ਕੱਲ ਨੂੰ ਤੁਹਾਡੀ ਬਿੱਲੀ ਨੂੰ ਵੀ ਕੋਈ ਬਿੱਲੀ ਸਮਝੇਗਾ ਨਹੀਂ ਤੇ ਹੁਣ ਗੱਲ ਇਹ ਕਿ ਤੁਹਾਡੇ ਕੋਲ ਤੇ ਅਸੀਂ ਲੈ ਚੱਲੇ ਆ 12 ਧਾਰੀ ਦਾ ਦੀ ਨਾਲ ਪਦੇਸ਼ੀ ਪਰਚੀ ਵੀ ਬਣਨੀ ਹੈ ਦੀ ਯਾਰ ਉੱਥੇ ਵੀ ਲੱਗਣੇ ਪੈਸੇ ਪਦੇਸ਼ੀ ਪਰਚੀ ਕਾ ਦੀ ਜੀ ਹੈ ਉਹ ਕਾ ਦੀ ਆਪੇ ਕਹਿੰਦੇ ਵੀ ਨਾਂ ਨੂੰ ਵੀ ਤੁਸੀਂ ਰੱਖਣਾ ਹੈ ਸਾਰਾ ਉੱਥੇ ਆਹੋ ਇੱਕ ਗੱਲ ਜੇ ਕਰ ਰਿਹਾ ਨਾ ਚਾਰੇ ਕੇ ਘਰ ਜਾਣਾ ਪਰਾਇਆ ਨੇ ਅੱਛਾ ਅੱਛਾ ਹਾਂ ਅੱਛਾ ਲੋ ਜੀ 12 ਧਾਰ ਹੋ ਗਿਆ ਤਾਂ ਤੁਹਾਨੂੰ ਗੱਲ ਪਤਾ ਕੀ ਹੈ ਜੀ ਕੀ ਕਰਨਾ ਪਾਈਆ ਨੇ ਕਿ ਇਹ ਨਾਲ ਨਮਾਉਣ ਨੂੰ ਮੁਣਾ ਲਾ ਕੋਈ ਸਿਲਸਿਲਾ ਹੁੰਦਾ ਕੋਈ ਨਵਾਣੇ ਨੂੰ ਮਾਮ ਚ ਲੈ ਆਇਆ ਕਰੋ ਯਾਰ ਅੱਧ ਹੋ ਗਈ ਭਾਈ ਉਹ ਤੁਹਾਨੂੰ ਦੱਸਾਂਗੇ ਸਾਰਾ ਕੁਝ ਦਿਆਂਗੇ ਅੱਛਾ ਬਿਸਕਟ ਖਾਂਦੀ ਹੈ ਬਸ ਆ ਬਿਸਕਟ ਉਹ ਲੋਕਲ ਨਹੀਂ ਖਾਂਦੀ ਹੈ ਲੋਕ ਨਹੀਂ ਨਹੀਂ ਆਈ ਜਿਹੜੇ ਆ ਜਿਹੜੇ ਤੁਹਾਨੂੰ ਦੱਸੇ ਨੇ ਇਹ ਖਾਂਦੀ ਹੈ ਇਹ ਹੀ ਖਾਂਦੀ ਹੈ ਜੀ ਅੱਛਾ ਤੇ ਜੇ ਇਹਨੂੰ ਆਪ ਭੇਜਦਾ ਕਰੀਬ ਜਾ ਕੇ ਆਪਣੀ ਪਸੰਦ ਨਾਲ ਲਾਇਆ ਤੇ ਲੈ ਆਈ ਬਹੁਤ ਅੱਛੇ ਆਪ ਕਿੱਥੋਂ ਲਾਏਗੀ ਜਾ ਕੇ ਨੂੰ ਮਰਜ਼ੀ ਨੂੰ ਪੈਸੇ ਦੇ ਦਈਏ ਵੀ ਆਪਣੀ ਪਸੰਦ ਨਾਲ ਲੈ ਜਾ ਕੇ ਦੁਕਾਨਾਂ ਤੋਂ ਆ ਹੁੰਦਾ ਹੀ ਹੈ ਨਾ ਮਰਜ਼ੀ ਵੀ ਨਹੀਂ ਦਿਲ ਕਰ ਰਿਹਾ ਚੀਜ਼ ਖਾਣ ਨੂੰ ਵੀ ਮੈਂ ਆ ਲੈ ਜਾਵਾਂ ਕਿ ਵੀ ਮੈਨੂੰ ਖਾਣੇ ਉਹ ਭਾਈ ਹਾਲਾਤ ਨਹੀਂ ਠੀਕ ਕੋਈ ਲੈ ਗਿਆ ਤੇ ਕੀ ਕਰੋਗੇ ਅੱਛਾ ਹਾਂ ਜਿਨ ਕੇ ਆਪ ਬਿਸਕਟ ਨਹੀਂ ਲੈ ਕੇ ਜਾਏਗੀ ਨਹੀਂ ਆਪ ਨਹੀਂ ਜਾਏਗੀ ਤਾਂ ਲਿਆਣੇ ਪੈਣਗੇ ਸਾਨੂੰ ਆਪ ਹੀ ਲੈ ਕੇ ਆਉਣੇ ਹਾਂਜੀ ਹਾਂਜੀ ਕੋਈ ਕਹਿਣਾ ਯਾਰ ਹਾਂ ਦੇਖੋ ਸਾਰੇ ਜੀ ਬਿੱਲੀਆਂ ਰੱਖਣੀ ਕਿਹੜਾ ਸੌਖਾ ਬਸ ਚੋੜ ਗੱਲ ਇਹ ਆ ਕਿ ਆਪਣਾ ਇਹ ਕੀ ਲੱਗਾ ਸਮਾਨ ਸਾਰਾ ਇਹ ਅੱਛਾ ਇਹ ਪਟਾ ਇਹਦਾ ਹਾਂਜੀ ਇਹ ਪਟਾ ਜੀ ਇਹਨਾਂ ਦਾ ਅੱਛਾ ਇਹ ਪਟਾ ਇਹ ਪਟਾ ਉਹ ਤਾਂ ਅਲੱਗ ਪਟਾ ਜਾਏਗਾ ਅੱਛਾ ਜੀ ਉਹ ਪਟਾ ਓਏ ਹੋਏ ਹੋਏ ਹਾਂ ਓਏ ਪਟਾ ਕੇ ਦਿਲ ਮੇਰਾ ਜੀ 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 ਓਏ ਹਾਂ ਅੱਜ ਪਟੇ ਨੂੰ ਪਟਾਉਣ ਦੀ ਰਾਤ ਸੋਣਿਆ ਪਟਾਵੇਂ ਨਾ ਆਏ ਹਾਏ ਹਾਏ ਇਹੋ ਜੇ ਯਾਰ ਕੀ ਬਾਤ ਹਾਂ ਪਟਾ ਹੁੰਦਾ ਤੈਨੂੰ ਦਿਲ ਨਾ ਦਿੰਦੀ ਹਾਏ 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 ਵਾਹ ਹੈ ਵਾਹ ਰੇ ਵਾਹ ਹਾਏ ਹਾਏ ਪਟਾ ਹੁੰਦਾ ਤੈਨੂੰ नसीब अच्छे हाँ जी इन्हें बाल शाल सट के नवा के नवा के जी हाँ
ਸ਼ੈਂਪੂ ਸ਼ੂਪੂ ਵੀ ਹੁੰਦਾ ਇਹਨਾਂ ਦਾ? ਸ਼ੈਂਪੂ ਵਗੈਰਾ ਖਰੀਦਦਾ ਇਹਨਾਂ ਨੂੰ? ਸ਼ੈਂਪੂ ਵੀ ਹੈਗਾ? ਹਾਂਜੀ, ਨਾਲ ਬੁਰਸ਼ ਵੀ ਹੈਗਾ? ਬੇਸ਼ੱਕ। ਵਾਹ ਜੀ ਵਾਹ, ਬਰੀਕ ਕੰਗੀ ਨਹੀਂ ਫੇਰਦੇ ਜੁਮਾ ਜਮਾਲ? ਨਹੀਂ, ਉਹਨੂੰ ਕਿਹੜੀ ਜੁਮਾ ਪੈ ਜਾਂਦੀ ਭਾਈ ਨੂੰ, ਤੁਹਾਡੇ ਨਾਲ ਸੌਂਦੀ ਹੱਦ ਹੋ ਗਈ, ਜੁਮਾ ਕਿੱਥੋਂ ਆਈ ਇਹਨਾਂ ਚ? ਅੱਛਾ, ਜੁਮਾ ਜਮਾ ਨਹੀਂ ਪੈਂਦੀ? ਰੋਜ਼ ਰੋਜ਼ ਨੂੰ ਆਈਦਾ। ਰੋਜ਼? ਹਾਂ। ਕੀ ਮਤਲਬ, ਇੱਥੇ ਗਾਰੇ ਚ ਰਹਿੰਦੀ? ਨਹੀਂ ਨਹੀਂ, ਆਪਣਾ ਅਖਾੜੇ ਚ ਰਹਿੰਦੀ। ਓਏ ਹੋਏ ਯਾਰ, ਹੱਦ ਹੋ ਗਈ ਤੁਹਾਡੇ। ਅੱਛਾ ਹੁਣ ਦੇਖੋ, ਇਹ ਬੁਰਸ਼ ਹੈਗਾ ਜੀ? ਆ ਇਹ ਕਿੰਨੇ ਦਾ ਭਾਜੀ? ਇਹ ਬੁਰਸ਼ ਤੁਹਾਡੇ ਕੋਲ 1000 ਰੁਪਏ ਲੈ ਲਾਂਗੇ ਇਹਦਾ। ਕਿਹਦਾ? 1000 ਰੁਪਿਆ ਆਪੇ ਫਿਰਦਾ ਰਹਿੰਦਾ? 1000 ਰੁਪਏ ਦਾ ਕਿਹੜਾ ਬੁਰਸ਼ ਹੁੰਦਾ ਭਾਈ ਜਾਨ? ਇਹਨਾਂ ਦੇ ਜਿਹੜੀ ਚੀਜ਼ਾਂ ਨੇ ਮਹਿੰਗੀਆਂ ਹੁੰਦੀਆਂ ਨੇ। ਅੱਛਾ, ਹਾਂਜੀ, ਇਨਸਾਨਾਂ ਤੋਂ ਚੀਜ਼ਾਂ ਜ਼ਿਆਦਾ ਇਹਨਾਂ ਦੀ ਮਹਿੰਗੀਆਂ ਨੇ। ਅੱਛਾ, ਇਹਨਾਂ ਦੀਆਂ ਮਹਿੰਗੀਆਂ ਨੇ? ਜੀ ਹਾਂ ਜੀ ਹਾਂ। ਤੇ ਜੇ ਇਹਨੂੰ ਬਿਊਟੀ ਪਾਰਲਰ ਲੈ ਜਾਈਏ ਤਾਂ ਸਾਡਾ ਤੇ ਮਕਾਨ ਵੇਚ ਦੇਗਾ। ਬਹੁਤ ਅੱਛੇ, ਬਿਊਟੀ ਪਾਰਲਰ ਉਹਨੇ ਫੰਕਸ਼ਨ ਤੇ ਜਾਣਾ। ਨਹੀਂ ਬਰਵਾਏ ਤੂੰ, ਇੰਨਾ ਮਹਿੰਗਾ ਸਮਾਨ ਇਹਨਾਂ ਦਾ ਯਾਰ, 1000 ਰੁਪਏ ਦਾ ਬੁਰਸ਼ ਹੋ ਗਿਆ? ਹਾਂਜੀ, ਫੀਟਰ ਵੀ ਨੇ ਉਹ, ਪਤਾ ਨਹੀਂ ਉੱਪਰ ਲੱਗੇ। ਹਾਂ, ਇਹਨਾਂ ਦੇ ਬੱਚੇ ਆ? ਹਾਂ, ਫੀਟਰ ਇਹਨਾਂ ਦੇ ਬੱਚੇ ਆਦੇ ਨੇ। ਅੱਛਾ, ਜਾਨੀ ਕਿ ਬੱਚਾ ਲੈ ਕੇ ਜਾਣਾ ਤੇ ਨਾਲ ਫੀਟਰ ਵੀ ਲੈ ਜਾਓ? ਜੀ ਜੀ, ਫੀਟਰ ਵੀ। ਅੱਛਾ, ਫੀਡਰ ਵੀ ਹੈਗਾ? ਹਾਂ ਬਈ, ਤੁਸੀਂ ਇਹੀ ਫੀਡਰ ਦੇ ਹੋਗੇ ਨਾ? ਨਾ ਰੇ ਜੀ, ਹੁਣ ਬੱਚਿਆਂ ਦਾ ਥੋੜੀ ਰਿਆਂਗੇ, ਬੱਚਿਆਂ ਦਾ ਦੇ ਦੋ ਤੇ ਤੁਹਾਡਾ ਬੱਚਾ ਵੀ ਮਿਆਂ ਮਿਆਂ ਕਰਦਾ ਫਿਰੇ। ਹਾਂ ਜੀ, ਬੱਚੇ ਅੱਜ ਕੱਲ ਮਿਆਂ ਮਿਆਂ, ਤੁਹਾਨੂੰ ਪਤਾ, ਭੁੱਖਣਾ ਕਰਦਾ ਹੀ ਆ। ਕਰਦਾ ਹੀ ਆ, ਬਿਲਕੁਲ, ਹਾਲਾਤ ਇਹੋ ਜਿਹੇ ਨੇ ਹਰ ਬੰਦੇ। ਹਾਂ, ਕੀ ਹੁਕਮ ਹੈ? ਤੇ ਪਹਿਲੇ ਮਿਆਂ ਮਿਆਂ ਕਰਨ ਦੇ। ਅੱਛਾ ਜੀ, ਗੱਲ ਹੈ ਕਿ ਇਹ ਬਿੱਲੀ ਜਿਹੜੀ ਹੈ ਨਾ, ਤੁਹਾਡੀ ਮੈਨੂੰ ਪਸੰਦ ਆ ਗਈ ਹੈ? ਠੀਕ ਹੈ ਜੀ, ਸ਼ੁਕਰ ਹੈ ਮੇਰਾ ਮਾਲਕਾ। ਭਾਅ ਜੀ, ਇਸ ਤਰ੍ਹਾਂ ਕਰਨਾ, ਸਾਡੀ ਬਿੱਲੀ ਕਿਸੇ ਨੂੰ ਪਸੰਦ ਆਈ ਹੈ? ਵਾਹ ਵਾਹ ਵਾਹ। ਅੱਛਾ ਜੀ, ਇਹ ਹੁਣ ਗੱਲ ਹੈ ਕਿ ਇਹਨੂੰ ਨਾ ਤੁਸੀਂ ਰੰਗ ਕਰਨਾ ਚੀਤੇ ਦਾ। ਚੀਤੇ ਦਾ ਕੀ ਮਤਲਬ? ਕਿਉਂਕਿ ਮੇਰੇ ਬੱਚਿਆਂ ਨੂੰ ਨਾ ਜੀ ਚੀਤਾ ਰੱਖਣ ਦਾ ਸ਼ੌਕ ਹੈ। ਹਾਂ, ਤੇ ਇਹ ਬਿੱਲੀ ਮੈਂ ਲੈ ਜਾਵਾਂਗਾ ਤੁਹਾਡੇ ਕੋਲੋਂ, ਤੁਸੀਂ ਇਹਨਾਂ ਨੂੰ ਚੀਤੇ ਦਾ ਕਲਰ ਕਰਾ ਦਿਓ। ਤੇ ਭਾਈ, ਤੁਸੀਂ ਚੀਤਾ ਹੀ ਲੈ ਲਓ। ਹਾਂ, ਹੈ ਮੇਰਾ ਕਿਉਂ ਟਾਈਮ ਜ਼ਾਇਆ ਕਰ ਰਹੇ ਹੋ? ਨਹੀਂ, ਚੀਤਾ ਲੈ ਲਵਾਂ, ਉਹ ਜਾਂਦੇ ਨੁਕਸਾਨ ਕਰਦੇ ਭਾਅ ਜੀ, ਕੱਲ ਨੂੰ ਉਹ ਹਰਨ ਸਮਝ ਕੇ ਕਿਸੇ ਬੱਚੇ ਨੂੰ ਪੈ ਜੇ। ਉਹ ਭਾਈ ਜੀ, ਬਿੱਲੀ ਨੂੰ ਮੈਂ ਕਿਵੇਂ ਚੀਤੇ ਦਾ ਰੰਗ ਕਰਦੇ ਆ? ਹੈ, ਤੁਸੀਂ ਪਾਗਲ ਤਾਂ ਨਹੀਂ ਹੈਗੇ ਕਿਤੇ? ਮੈਨੂੰ ਪਾਗਲ ਨਹੀਂ, ਵੇਖੋ ਨਾ, ਲੱਗਦੀ ਨਹੀਂ ਚੀਤਾ, ਵੇਖੋ ਆਪਣੇ, ਆ ਵੇਖੋ ਚੀਤਾ ਲੱਗਦਾ ਕਿ ਨਹੀਂ? ਓਏ ਭਾਈ, ਲੱਗਦਾ ਨਾ? ਓਏ, ਆ ਤੇ ਚੀਤਾ ਨਹੀਂ ਹੋ ਸਕਦਾ ਨਾ ਭਾਈ? ਹੈ, ਇਹ ਨਹੀਂ ਚੀਤਾ ਹੋ ਸਕਦਾ ਤੇ ਨਾ ਹੋਵੇ ਯਾਰ, ਮੈਂ ਕਿਹੜਾ ਲੜਾਉਣਾ ਇਹਨੂੰ? ਤੁਸੀਂ ਇਸ ਤਰ੍ਹਾਂ ਕਰੋ, ਇਹਨੂੰ ਰੰਗ ਕਰ ਦੋ ਚੀਤੇ ਦਾ, ਤਾਂ ਕਿ ਮੈਂ ਬੱਚੇ ਨੂੰ ਕਹਾਂ ਲੋ ਜੀ ਮੈਂ ਚੀਤਾ ਲਿਆ। ਭਾਈ, ਕਾਹਦਾ ਰੰਗ ਮੈਂ ਕਰ ਦਿਆ ਤੇ ਯਾਰ, ਤੂੰ ਪੈਸੇ ਨਹੀਂ ਲੈ ਰਿਹਾ? ਓਏ, ਆ ਤੇ ਪੈਸੇ ਮੈਂ ਫਜ਼ੂਲ ਹੀ ਲਵਾਂ ਤੇਰੇ ਕੋਲੋਂ ਯਾਰ? ਤੂੰ ਫਜ਼ੂਲ ਕਰ ਰਿਹਾ ਯਾਰ, ਤੂੰ ਚੀਜ਼ ਦੇਣੀ ਮੈਨੂੰ, ਮੈਂ ਤੈਨੂੰ ਪੈਸੇ ਦੇਣੇ? ਤੇ ਤੂੰ ਚੀਤਾ ਲੈ ਹਾਂ, ਜਾ ਕੇ ਕਿਤੇ ਪਾਸੇ ਜਾ ਕੇ। ਹੈ, ਬਿੱਲੀ ਏ, ਕੈਟੋ ਏ? ਤੂੰ ਕੈਟੋ, ਮੈਂ ਵੀ ਕਹਿੰਦਾ ਕੈਟੋ ਜੀ, ਮੈਂ ਤੈਨੂੰ ਕਹਿਣਾ ਨਹੀਂ ਕੈਟੋ। ਓਏ, ਆ ਤਾਂ ਮੈਂ ਰੰਗ ਕਿਵੇਂ ਕਰਦੇ ਯਾਰ, ਦੁਪੱਟਾ ਓ ਯਾਰ, ਤੂੰ ਰੰਗ ਕਰਦੇ ਨਾ, ਮਤਲਬ ਕਿ ਤੂੰ ਕਲਾ ਮੁੰਡੇ ਨੂੰ ਕਿਸੇ ਨੂੰ ਉੱਥੇ ਨਾਲ ਪਰੇ ਬਜ਼ਾਰ ਨਹੀਂ ਧਰਮਪੁਰਾ? ਓ ਯਾਰ, ਛੱਡ ਦੇ ਤੂੰ ਐਡਾ ਯਾਰ ਧਰਮਪੁਰਾ। ਹਾਂ, ਉੱਥੇ ਰੰਗ ਰਵਾ ਦੇ। ਉੱਥੇ ਕਿਹੜਾ ਐਡਾ ਬਹੁਤਾ ਲੱਗਣਾ ਇਹਨੂੰ, ਐਡੀ ਕਿਹਦੇ ਗਈ ਬਿੱਲੀ? ਯਾਰ, ਤੇਰਾ ਦਿਮਾਗ ਠੀਕ ਹੈ? ਤੂੰ ਮੈਂ ਰੋਜ਼ਾ ਰੱਖਿਆ, ਕਿਉਂ ਮੈਨੂੰ ਖਪਾਣ ਡਿਆ ਤੂੰ ਯਾਰ? ਕੀ ਮਤਲਬ? ਹੈਂ, ਪਹਿਲੇ ਤੂੰ ਇੱਕ ਫੈਮਿਲੀ ਨਹੀਂ ਪੂਰੀ ਨਾਲ ਦੇਣ ਡਿਆ, ਹੈ ਜੀ, ਨਾ ਇਹਦਾ ਕੋਈ ਘਰ ਵਾਲਾ ਦੇਣ ਡਿਆ, ਨਾ ਕੋਈ ਬੱਚੇ ਦੇਣ ਡਿਆ, ਤੇ ਜੇ ਮੈਂ ਬਿੱਲੀ ਲੈ ਲਈਏ ਤੂੰ ਇਹਨੂੰ ਰੰਗ ਵੀ ਨਹੀਂ ਕਰਨ ਡਿਆ? ਓਏ, ਇਹਨੂੰ ਕਾਹਦਾ ਰੰਗ ਕਰਾਂ ਯਾਰ, ਦੱਸ ਕੀ ਨਮਾਰੀ ਇਹਨੂੰ ਰੰਗ ਕਰਾਵਾਂ ਮੈਂ? ਚੀਤਾ ਬਣਾ ਦੇ ਇਹਨੂੰ, ਚੱਲ ਰੰਗ ਮੇਰਾ ਭਰਾ ਨੂੰ ਕਰਾ ਦੇ। ਉਹ ਛੱਡ ਦੇ, ਕਿਹੜਾ ਰੰਗ ਕਰਾ ਦੇ, ਹੱਦ ਹੋ ਗਈ ਏ। ਕੀ ਮਤਲਬ? ਇਹ ਸਲਵਾਰ ਕਮੀਜ਼ ਹੈ ਕਿ ਬਿੱਲੀ ਏ? ਯਾਰ, ਤੂੰ ਰੰਗ ਕਰਾ ਦੇ, ਤੈਨੂੰ ਕੀ ਮਸਲਾ ਹੈ? ਰੰਗ ਕਰਵਾ ਦੇ, ਚੀਤੇ ਦਾ ਰੰਗ ਕਰਵਾ ਦੇ ਯਾਰ, ਕਿਸਾ ਪਾਗਲ ਆਦਮੀ ਤੂੰ ਯਾਰ। ਕਿਉਂ? ਉਹ ਜਾ ਯਾਰ, ਦਿਮਾਗ ਖਰਾਬ ਨਾ ਕਰ ਮੇਰਾ। ਦਿਮਾਗ ਖਰਾਬ ਕਰਨ ਵਾਲੀ ਕਿਹੜੀ ਗੱਲ ਯਾਰ? ਦੋਗੇ ਚੀਤਾ, ਚੀਤਾ ਬਣਾ ਦਿਓ ਇਹਨੂੰ। ਜੰਪ ਜੁੰਪ ਲੈਂਦੀ ਨਹੀਂ ਚੀਤੇ ਨੂੰ? ਉਹ ਜੰਪ ਲੈਂਦੀ ਏ, ਪਰ ਚੀਤਾ ਨਹੀਂ ਬਣ ਸਕਦਾ ਹੈ ਯਾਰ। ਇਹ ਨਾ ਬਣੇ, ਮੈਂ ਇਹਨੂੰ ਕਦੋਂ ਕਹਿਣ ਦਿਆ ਚੀਤਾ? ਮੈਂ ਜੰਗਲ 'ਚ ਛੱਡਣਾ ਇਹਨੂੰ, ਮੈਂ ਕਹਿੰਦਾ ਜੰਗਲ 'ਚ ਲੈ ਕੇ ਜਾਣੀ, ਮੈਂ ਤਾਂ ਘਰ ਲੈ ਕੇ ਜਾਣਾ ਇਹਨੂੰ। ਉਹ ਤਾਂ ਘਰ ਤੂੰ ਬਿੱਲੀ ਲੈ ਕੇ ਚਲਾ ਜਾ। ਅਜੇ ਘਰ ਖੁਸ਼ ਰਹਿ ਗਿਆ ਨਾ, ਉਹ ਚੀਤਾ ਟਾਇਪ ਨਾ ਕਰਕੇ ਸੋਹਣਾ ਫਿਰ ਰਿਹਾ ਕਿ ਮਜ਼ਾ ਹੈ। ਆ ਯਾਰ, ਤੂੰ ਕਿਸੇ ਕੋ ਸੁਣ ਬੈਠਾ ਬੱਬਰ ਸ਼ੇਰ ਚੀਤੇ? ਹਾਂ, ਤੂੰ ਤੇਰੇ ਗੱਲ ਅੜ ਗਈ ਉਹ ਕਿਹੜੀ? ਇਹ ਬੱਬਰ ਸ਼ੇਰ ਚੀਤੇ? ਹਾਂ, ਚੀਤਾ ਨਹੀਂ ਹੈਗਾ, ਕੈਟ ਹੋਏ। ਤੂੰ ਬੱਬਰ ਸ਼ੇਰ ਚੀਤਾ ਹੀ, ਚੀਤਾ ਬੱਬਰ ਸ਼ੇਰ ਕੀ ਮਿਕਸ ਕਰਨ ਰਿਹਾ ਯਾਰ? ਕਦੀ ਬੱਬਰ ਚੂਹਾ ਸੁਣਿਆ? ਬੱਬਰ ਸ਼ੇਰ ਇੱਕ ਹੁੰਦਾ, ਚੀਤਾ ਵੱਖਰਾ ਹੁੰਦਾ ਭਾਈ। ਅੱਛਾ ਭਾਈ, ਗੱਲ ਪਤਾ ਕੀ ਹੈ? ਮੈਂ ਰੋਜ਼ਾ ਰੱਖਿਆ ਹੈ ਤੇ ਮੈਨੂੰ ਖਪਾਣਾ ਨਹੀਂ ਹੈਗਾ, ਤੇਰੀ ਮਿਹਰਬਾਨੀ, ਮੈਂ ਕਹਿੰਦਾ ਕੋਈ ਮਸਲਾ ਖਰਾਬ ਨਾ ਹੋ ਜਾਏ। ਅੱਛਾ, ਗੁੱਸਾ ਹਰਾਮ ਹੁੰਦਾ ਤੇ ਰੋਜ਼ਾ ਮੈਂ ਰੱਖਿਆ ਤੇ ਤੇਰੀ ਮਿਹਰਬਾਨੀ, ਜਾਂ ਚਲਾ ਜਾ। ਹਰਾਮ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ, ਰੋਜ਼ਾ ਵੀ ਰੱਖਿਆ ਤੁਸੀਂ, ਹੈ ਜੀ। ਉਹ ਮੈਂ ਕਿਹਾ ਗੁੱਸਾ ਹਰਾਮ ਹੁੰਦਾ। ਹਾਂ ਜੀ, ਗੁੱਸਾ ਹਰਾਮ ਹੁੰਦਾ, ਹਰਾਮ ਹੁੰਦਾ। ਹਾਂ, ਕੀ ਕਰ ਰਿਹਾ ਤੁਹਾਡਾ ਪ੍ਰੋਗਰਾਮ ਯਾਰ? ਅਗਰ ਇਹਨੂੰ ਤੁਹਾਨੂੰ ਕੋਈ ਇਤਰਾਜ਼ ਹੈ ਜੀ ਰੰਗ ਕਰਨ ਤੇ? ਨਹੀਂ ਨਾ, ਉਹ ਕਹਿੰਦੇ ਨਹੀਂ ਯਾਰ, ਉਹ ਮਾਸੂਮ ਹੈ, ਚੰਗੇ ਘਰ ਦੀ ਬਿੱਲੀ, ਉਹ ਨਹੀਂ ਬੋਲੇਗੀ। ਅੱਛਾ, ਇਹ ਨਹੀਂ ਬੋਲੇਗੀ? ਇਹਨੂੰ ਭਾਵੇਂ ਕੋਈ ਜੋ ਸੁੱਟ ਦਿਓ, ਕੀ ਬੋਲੇਗੀ ਵਿਚਾਰੀ? ਗੂੰਗੀ ਹੈ ਯਾਰ, ਕਿਉਂ ਨਹੀਂ ਬੋਲੇਗੀ? ਉਹ ਚੰਗੇ ਘਰ ਦੀ ਬਿੱਲੀ ਨਹੀਂ ਬੋਲਦੀ, ਆ ਮਾਂ ਬਾਪ ਜਿੱਥੇ ਟੋੜ ਦੇਵੇ। ਅੱਛਾ, ਤੁਸੀਂ ਵਾਲਦਿਆਂ ਨੂੰ ਇਹਦੇ? ਉਹ
बेवकूफ आदमी ना होवे ते पता नहीं कित्थों आ जांदे ने बिल्ली चुके।